ਖਰਾਕ ਵੀ ਬਾਬਾ ਖਾਂਦਾ ਕੋਈ ਖਰਾਕ ਤਾਂ ਹੀ ਪੂਰੀ ਫੁੱਲ ਖਾਂਦਾ ਜੀ ਇਹ ਅੱਛਾ ਐਸਟੀਮੇਟ ਕਿੰਨੀ ਖਾ ਜਾਂਦਾ 2 ਕਿਲੋ ਤਾਂ ਮੱਕੀ ਪਾਉਣੇ ਡੇਲੀ ਉਹਨੇ ਮੈਂ ਡੇਲੀ ਦੀ ਠੀਕ ਹੈ ਮੈਂ ਮੁੱਲ ਕੀ ਕਰਿਆ ਤੁਸੀਂ ਦਾ 65000 ਰੁਪਏ 65000 ਰੁਪਏ ਭਾਈ 65000 ਰੁਪਏ ਕਰਿਆਗਾ ਭਾਈ ਨੇ ਮੁੱਲ ਇਹਦਾ ਕੀ ਮੁੱਲ ਹੈ ਬਈ ਦੇਸੀ ਬੱਕਰੀ ਦਾ 22000 ਰੁਪਏ ਇੰਨਾ ਕਿਵੇਂ ਇਹ ਐਵੇਂ ਆ ਜੀ ਤੁਹਾਨੂੰ ਮੈਂ ਦਿਖਾਉਣਾ ਕਿਵੇਂ ਆ ਜੀ ਅੱਛਾ ਆ ਦੇਖੋ ਜਮਾ ਦੇਸੀ ਬੱਕਰੀ ਹੈਗੀ 30 ਹੈਟ ਹੋਗੀ ਇਹਦੀ ਥੱਲੋਂ ਹਾਂ ਜੀ ਹਾਂ ਕੋਈ ਰੋਕ ਨਹੀਂ ਦੁੱਧ ਨਹੀਂ ਰੋਕਿਆ ਪਿਆ ਇਹਦਾ ਅੱਛਾ ਰੋਕਣ ਦੇ ਵਾਦਾ ਸਵੇਰੇ ਚੋਈ ਹੋਈ ਹੈ ਹਾਂ ਜੀ ਹਾਂ ਐਵੇਂ ਨਾ ਕਹਿ ਦੀ ਯਾਰ ਦੱਸ ਹੁਣ ਖਾਲੀ ਕਰ ਲਓ ਬਸ ਐ ਹੁਣ ਫਿਰ ਦੇਖ ਲਓ ਆਪ ਕਿੰਨਾ ਟਾਈਮ ਪਿਆ ਆਪਣੇ ਕੋਲੇ ਹਾਂ ਉਸ ਤੋਂ ਬਾਅਦ ਚ ਫਿਰ ਦੇਖ ਲਓ ਠੀਕ ਹੈ ਕਿੰਨਾ ਐਸਟੀਮੇਟ ਹੋਊਗਾ ਦੁੱਧ ਦਾ ਫਿਰ ਦੁੱਧ 3 ਲੀਟਰ ਹੈ ਜੀ 3 ਲੀਟਰ ਕਿੱਡੀ ਵੇਲ ਆ ਬੇਲ ਮੱਛੀ ਮੰਗੂ ਵਧੀ ਪਈ ਹੈ ਹਾਂ ਦੇ ਦੋ ਬੱਚੇ ਨੇ ਸਟਾਈਲਨ ਨਹੀਂ ਕਹਿੰਦੇ ਸਟਾਈਲਨ ਉਹ ਚੀਜ਼ ਆ ਪਾਠੇ ਵੀ 3 ਦਿਨ ਹੋਈ ਸੂਈ ਨੂੰ 39 ਇੰਚ ਹਾਈਟ ਦੀ ਪਾਠਾ ਹੈ 4 ਦੰਦ ਹੱਲੇ ਪਲੋਣ ਸੂਈ ਹੈ ਅੱਛਾ ਕਿੰਨੇ ਦੰਦਾਂ ਦੀ 4 ਦੰਦ ਹੱਲੇ 4 ਦੰਦ ਹਾਂ 39 ਇੰਚ ਹਾਈਟ ਦੀ ਪਹਿਲੇ ਸੂਈ ਆ ਦੇਖੋ ਪਹਿਲੇ ਸੂਈ ਆ ਦੇਖੋ ਪਹਿਲੇ ਸੂਈ ਦੀ ਹਾਈਟ ਬਹੁਤ ਹੈਗੀ ਦੇਖੋ ਬੱਕਰੀ ਹੁਣ ਵੇਚਤੀ ਹੈ ਅੱਛਾ ਕੀ ਰੇਟ ਦੀ ਵਿਕੀ ਇਹ 30000 ਦੀ ਦਿੱਤੀ 30000 ਦੀ ਹਾਂਜੀ ਜਮਾ ਸਹੀ ਪਾਠ ਜੀ ਕੇ ਬੱਕਰੀ ਵੀ हाँ भाई सत श्री अकाल सारे नूं एस एम ए मुलापुर खड़ेंगे शनिवार को जिहड़ी मंडी लगती है मुलापुर दाखा जिला लुधियाने दे विच जानवर दिखाउंदा तुहानूं वधिया कीमत वाले ते चंगे हाइट ग्रोथ दे वधिया मुल वाले है ना लै देखो भी की कीमत वाले नेगे हुण तुसीं रिपोर्ट सारी जे मंडी ते पहुंचना हुंदा स्क्रीन ते नंबर नेगे उन्हां ते संपर्क करके इत्थे पहुँच सकदे होंगे अपने जानवर बेचण दे लई खरीदण दे लई भी प्रबंध सारे हुंदे ने मंडी दे विच चाह पानी रोटी टुकदे है ना आ दिखदे आ उन्हां ਕੀ ਹਾਲ ਹੈ ਬਾਈ ਜੀ ਠੀਕ ਠਾਕ ਹੋ ਕਿਵੇਂ ਆ ਬੱਕਰਾ ਫਿਰ ਅੱਜ ਬੱਕਰਾ ਬਾਈ 8 ਦੰਦ ਕੱਢਦਾ ਹੈ 8 ਦੰਦ ਕੱਢਦਾ ਹੈ ਕੱਦ ਕੁੱਦ ਕੱਦ ਕੁੱਦ ਕਿੰਨਾ ਹੋਊਗਾ ਇਸ ਸਮੇਂ 43 ਹੈਟ ਹੈ ਜੀ 43 ਹਾਈਟ ਮੂੰਹ ਜਾਂ ਕਿਵੇਂ ਤਾਂ ਉਹਨੂੰ ਚੱਕੀ ਜਾਂਦਾ ਹੈ ਬੱਕਰਾ ਹੀ ਕਰਦਾ ਜੀ ਇਹ ਅੱਛਾ ਸਿੰਘ ਵਧੀਆ ਜਨਾ ਰਿਜ਼ਲਟ ਕਿਸ ਤਰ੍ਹਾਂ ਦਾ ਇਹਦਾ ਰਿਜ਼ਲਟ ਪੂਰਾ ਵਧੀਆ ਬਾਈ ਬੱਚੇ ਕਿਸ ਤਰ੍ਹਾਂ ਦੇ ਆ ਬੱਚੇ ਪੂਰੇ ਟੌਪ ਪਾਉਂਦਾ ਵਧੀਆ ਹੈ ਜੀ ਵਧੀਆ ਕੀ ਬਾਤ ਹੈ ਟੋਰੀ ਬੱਕਰ ਇੱਕ ਵਾਰ ਇੱਕ ਮਿੰਟ ਮੂੰਹ ਮੱਥੇ ਦਾ ਬੜਾ ਭਾਰਾ ਯਾਰ ਹੈ ਨਾ ਲੈ ਮੂੰਹ ਮੱਥੇ ਦਾ ਦੇਖ ਲਿਓ ਬੜਾ ਭਾਰਾ ਬੱਕਰਾ ਆ ਦੇਖੋ ਦੇਖ ਦੇਖ ਖਿੱਚ ਖਿੱਚ ਕੇ ਲੈ ਜਾਂਦਾ ਬੰਦੇ ਨੂੰ ਲੈ ਦੇਖੀ ਚਲੋ ਪਹਿਲਾਂ ਬੱਕਰਾ ਦੇਖੋ ਲੈ ਲਿਆ ਬਾਈ ਤੋਰ ਕੇ ਇੱਧਰ ਨੂੰ ਇਹ ਬੱਕਰਾ ਨਹੀਂ ਤੁਸੀਂ ਕਿਹੋ ਜਿਹਾ ਕਿਤੇ ਦੇਖਣਾ ਨਾ ਦੇਖ ਜ਼ਿਆਦਾ ਗਰਮ ਆ ਨਾ ਬਾਈ ਅੱਛਾ ਤੇ ਖੁਰਾਕ ਵੀ ਬਾਬਾ ਖਾਂਦਾ ਉਹ ਇਹ ਤਾਂ ਹੈ ਮਸਤਾਕ ਖੁਰਾਕ ਵੀ ਬਾਬਾ ਖਾਂਦਾ ਉਹ ਖੁਰਾਕ ਤਾਂ ਹੀ ਪੂਰੀ ਫੁੱਲ ਖਾਂਦਾ ਜੀ ਇਹ ਅੱਛਾ ਹਾਂ ਜੀ ਐਸਟੀਮੇਟ ਕਿੰਨੀ ਖਾ ਜਾਂਦਾ 2 ਕਿਲੋ ਤਾਂ ਮੱਕੀ ਪਾਉਣੇ ਡੇਲੀ ਉਹਨੇ ਮੈਂ ਡੇਲੀ ਦੀ ਹਾਂ ਜੀ ਹਾਂ ਠੀਕ ਹੈ ਮੈਂ ਮੁੱਲ ਕੀ ਕਰਿਆ ਤੁਸੀਂ ਇਹਦਾ 65000 ਰੁਪਏ 65000 ਰੁਪਏ ਭਾਈ 65000 ਰੁਪਏ ਕਰਿਆਗਾ ਭਾਈ ਨੇ ਮੁੱਲ ਆ ਦੇਖੋ ਕਲਰ ਕਿਹੜਾ ਹੋਊਗਾ ਇਹ ਸਫੈਦ ਕਹਿੰਦੇ ਆਪਾਂ ਇਹਨੂੰ ਐ ਨੂੰ ਗੁਲਾਬੀ ਵੀ ਕਹੇ ਜੋ ਗੁਲਾਬੀ ਇਹ ਵਿੱਚ ਇਹਦੇ ਵਿੱਚ ਮੈਂ ਹੁਣ ਗੁਲਾਬੀ ਚਮੜੀ ਹਾਂ ਗੁਲਾਬੀ ਚਮੜੀ ਆ ਦੇਖੋ ਜੀ ਹੂੰ 65000 ਮੁੱਲ ਕਰਦੇ ਆ ਹਾਂ ਜੀ ਹਾਂ ਨੱਕ ਨੂੰ ਕਬਾਹ ਬੜਾ ਹੈ ਇਹ ਘਰ ਦਾ ਉਹ ਕਹਿੰਦਾ ਉਹਦਾ ਸੇਲ ਆਇਆ ਹੋਇਆ ਨਹੀਂ ਸੇਲ ਆਇਆ ਬਾਈ ਸੇਲ ਆ ਠੀਕ ਹੈ ਕਰਵਾ ਲੈ ਬੰਨ ਬਾਈ ਨੂੰ ਬੱਕਰੇ ਨੂੰ ਜਾਇ ਤੰਗ ਕਰਦਾ ਇਹ ਤਾਂ ਹਾਂ ਜੀ ਹਾਂ ਖਿੱਚ ਖਿੱਚ ਕੇ ਲੈ ਜਾਂਦਾਗਾ ਮੈਨੂੰ ਲੱਗਦਾ ਸਾਰੀ ਖੁਰਾਕ ਦਾ ਜ਼ੋਰ ਬੱਕਰੇ ਦੀ ਲਾਤਾ ਆ ਦੇ ਚੱਲ ਚੱਲ ਆ ਦੇ ਹੋਰ ਦਿਖਾਉਣਾ ਤੁਹਾਨੂੰ ਬਾਈ ਦੇ ਕੋਲ ਬੜੇ ਸੋਹਣੇ ਹੋਰ ਵੀ ਜਾਨਵਰ ਹੈਗੇ ਨੇਗੇ ਬੱਕਰੇ ਤੋਂ ਇਲਾਵਾ ਬੱਕਰੀਆਂ ਵੀ ਦਿਖਾਉਣਾਗਾ ਆਹ ਬੱਕਰੀ ਦੀ ਕੀ ਕੀਮਤ ਆ ਬਾਈ ਲੈ ਦੇਸੀ ਬੱਕਰੀ ਦਿਖਾਉਣਾ ਤੁਹਾਨੂੰ ਪਿਓਰ ਦੇਸੀ ਮੁੱਲ ਦਿਖਾਉਣਾ ਵੀ ਕਿੰਨਾ ਮੰਗਦਾ ਬਾਈ ਬੱਕਰੀ ਪਿਓਰ ਦੇਸੀ ਇਹ ਜਮਾ ਆਹ ਦੇਖੋ ਇਹਦਾ ਕੀ ਮੁੱਲ ਹੈ ਬਾਈ ਦੇਸੀ ਬੱਕਰੀ ਦਾ 22000 ਰੁਪਏ ਜੀ ਇੰਨਾ ਕਿਵੇਂ ਇਹ ਐਵੇਂ ਆ ਜੀ ਤੁਹਾਨੂੰ ਮੈਂ ਦਿਖਾਉਣਾ ਕਿਵੇਂ ਆ ਜੀ ਅੱਛਾ ਆਹ ਦੇਖੋ ਜਮਾ ਦੇਸੀ ਬੱਕਰੀ ਹੈਗੀ 30 ਹੈਟ ਹੋਊਗੀ ਇਹਦੀ ਥੱਲੋਂ ਹਾਂ ਜੀ ਹਾਂ ਕੋਈ ਰੋਕ ਨਹੀਂ ਦੁੱਧ ਨਹੀਂ ਰੋਕਿਆ ਪਿਆ ਇਹਦਾ ਅੱਛਾ ਰੋਕਣ ਦੇ ਵਾਦਾ ਸਵੇਰੇ ਚੋਈ ਹੋਈ ਹੈ ਹਾਂ ਜੀ ਹਾਂ ਐਵੇਂ ਨਾ ਕਹਿ ਦੀ ਯਾਰ ਦੱਸ ਹੁਣ ਖਾਲੀ ਕਰ ਲਓ ਬਸ ਐ ਹੁਣ ਫਿਰ ਦੇਖ ਲਓ ਆਪ ਕਿੰਨਾ ਟਾਈਮ ਪਿਆ ਆਪਣੇ ਕੋਲੇ ਹਾਂ ਉਸ ਤੋਂ ਬਾਅਦ ਫਿਰ ਦੇਖ ਲਓ ਠੀਕ ਹੈ ਕਿੰਨਾ ਐਸਟੀਮੇਟ ਹੋਊਗਾ ਦੁੱਧ ਦਾ ਫਿਰ ਦੋ 3 ਲੀਟਰ ਹੈ ਜੀ ਥੱਲੇ 3 ਲੀਟਰ ਲੈ ਬਾਕੀ ਤੁਸੀਂ ਦੇਖ ਲਓ ਤੁਹਾਨੂੰ ਮੈਂ ਦਿਖਾ ਦਿੰਦਾ ਥੱਲੇ ਦਾ ਮੁੱਲ ਲੱਗ ਰਿਹਾ ਹੈ ਹਾਂ ਜੀ ਲੈ ਇਹ ਪਹਿਲਾ ਬੰਦਾ ਜਿਹਨੇ ਦੇਸੀ ਬੱਕਰੀ ਦਾ 22000 ਰੁਪਇਆ ਮੰਗਿਆਗਾ ਕਿਸੇ ਗੱਲ ਤੋਂ ਮੰਗਿਆ ਚਲੋ ਉਹ ਇਹਨਾਂ ਨੂੰ ਪਤਾ ਨਾ ਠੀਕ ਹੈ ਸੂਈ ਕਦੋਂ ਦੀ ਹੋਈ ਹੈ ਸੂਈ ਨੂੰ ਬਾਈ ਹੋ ਗਏ 1.5 ਮਹੀਨਾ ਬੱਚੇ ਹੈ ਨਹੀਂ ਗਏ ਬੱਚੇ ਵੇਚਦੇ ਤਾਂ ਵੀ 22000 ਮੰਗਦੇ ਹੋ ਕਿੰਨਾ ਲੱਗਿਆ ਤੇ ਸਹੀ ਸਹੀ ਦੁਪਹਿਰ 16000 ਲੱਗਿਆ ਬਾਈ 16000
ਠੀਕ ਹੈ ਲੈ ਇੰਨਾ ਤਾਂ ਲਊਗਾ ਕਿਉਂਕਿ ਦੁੱਧ ਦੇ ਹਿਸਾਬ ਨਾਲ ਵੀ ਲਾਈਏ ਤਾਂ ਬੱਕਰੀ ਚੰਗੀ ਹੈਗੀ ਯਾਰ ਹੈ ਦੇਸੀ 'ਚ ਪਰ ਦੁੱਧ ਦੇ ਹਿਸਾਬ ਨਾਲ ਬਹੁਤ ਚੰਗੀ ਬੱਕਰੀ ਹੈਗੀ ਅਸੀਂ ਬੱਕਰੀ ਵੀ ਦੇਖ ਲਓ ਚੰਗਾ ਦੁੱਧ ਕੱਢ ਦਿੰਦੀਆਂ ਨੇਗੀਆਂ ਦੰਦਾਂ ਦੀ ਕਿਵੇਂ ਹੈ ਬਾਈ ਦੰਦ 28 ਸਾਫ਼ ਹੈਗੀ ਉੱਦਾਂ ਤਾਂ ਹਾਂਜੀ ਹਾਂ ਮੋਢੀ ਤਾਂ ਨਹੀਂ ਹੋਈ ਜਮੇ ਹੀ ਨਹੀਂ ਬਾਈ ਜਵਾਨ ਬੱਕਰੀ ਵਾਲੇ ਤਾਂ ਨਾ ਕਿੱਡੀ ਵੇਲ ਆ ਵੇਲ ਮੱਛੀ ਵਾਂਗੂ ਵਧੀ ਪਈ ਹੈਗੀ ਹਾਂ ਦੇਖੋ ਦੋ ਬੱਚੇ ਨੇ ਮਗਰ ਸਟਾਈਲਨ ਨਹੀਂ ਕਹਿੰਦੇ ਹੁੰਦੇ ਸਟਾਈਲਨ ਉਹ ਚੀਜ਼ ਆ ਦੇਖ ਕੀ ਮੁੱਲ ਕਰਦਾ ਬਾਈ 65000 ਰੁਪਏ ਨਾਲ ਕੀ ਦੇਣਾ ਇਹਦੇ ਦੋ ਬੱਚੇ ਨੇ ਹੈਗੇ ਨੇਗੇ ਹਾਂ ਕਦੋਂ ਸੂਈ ਹੈਗੀ ਸੂਈ ਨੂੰ ਹੋ ਗਈ ਮਤਲਬ 12-13 ਦਿਨ ਹੋ ਗਏ 12-13 ਦਿਨ 65000 ਇਹਦੇ ਕੁਛ ਲੱਗਿਆ ਅੱਜ ਨਹੀਂ ਕੁਛ ਨਹੀਂ ਲੱਗਿਆ ਬੜਾ ਸੋਹਣੀ ਚੀਜ਼ ਹੈ ਯਾਰ ਮੂੰਹ ਮੱਥਾ ਦੇਖ ਬਹੁਤ ਸੋਹਣਾ ਹੈਗਾ ਕਿਵੇਂ ਸੂਆ ਲਾਇਆ ਹੋਇਆ ਕਿਹਨੇ ਯਾਰ ਇਹ ਸੂਆ ਹੈਗਾ ਜੀ ਤੀਜਾ ਜੀ ਤੀਜਾ ਦੰਦਾਂ ਦੀ ਬੁੱਢੀ ਤਾਂ ਨਹੀਂ ਗਈ ਮਾੜੇ ਮੋਟਾ ਘਾਸਾ ਲਾ ਗਈ ਠੀਕ ਹੈ ਆ ਬੈਠੀ ਜੀ ਬੱਕਰੀ ਹੈ ਨਾ ਸਰੋਈ ਆ ਲਓ ਇਹਨੂੰ ਬੰਨੋ ਬਾਈ ਜੀ ਨੂੰ ਉਹ ਦੂਜੀ ਬੱਕਰੀ ਵੀ ਤੁਹਾਨੂੰ ਵਿਖਾਉਣਾਗਾ ਲਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲਿਆ ਬਈ ਲਿਆ ਬਈ ਲਾਲ ਬੱਕਰੀ ਦਿਖਾਉਣਾਗਾ ਤੁਹਾਨੂੰ ਨਾਲ ਦੀ ਨਾਲ ਆ ਦੇਖੋ ਹੋਰ ਵੀ ਚੀਜ਼ਾਂ ਬਾਈ ਕੋਲ ਵਧੀਆ ਨੇ ਐਂ ਨਹੀਂ ਪਤਾ ਵੀ ਇਹਦਾ ਇਹ ਕਿੱਥੋਂ ਕੀ ਲੱਭ ਲਿਆ ਬੇ ਲੱਭ ਕੇ ਲਿਆਉਣ 'ਚ ਇਹ ਚੀਜ਼ਾਂ ਮਾਹਰ ਆ ਬੰਦਾ ਨਾਲ ਇਹਦੇ ਬੱਚਾ ਕੀ ਆ ਇਹ ਇੱਕੋ ਹੀ ਆ ਕਿਆ ਬਾਤ ਕੀ ਮੁੱਲ ਦੀ ਇਹ ਬਈ 50000 ਸਿੰਘ ਹੈ ਨਹੀਂ ਹੈ ਸਿੰਘ ਕਿੱਧਰ ਗਏ ਇਹਦੇ ਅੱਛਾ ਮੰਗ ਤੇ ਲਾ ਕੇ ਧਰਿਆ ਠੀਕ ਹੈ 36 ਹੈਟ ਹੈ ਟਾਈਮ ਕਿੰਨਾ ਹੋ ਗਿਆ ਸੂਈ ਨੂੰ ਦੋ ਮਹੀਨੇ ਅੱਛਾ ਬਈ ਸਿੰਘਾਂ ਤੋਂ ਮੈਂ ਵੀ ਇੰਨਾ ਮੁੱਲ ਮੰਗਿਆ ਹਾਂ ਜੀ ਕੁਆਲਿਟੀ ਸਾਨੂੰ ਮੰਗੇ ਜੋ ਕੋਈ ਠੀਕ ਹੈ ਕੀ ਕੁਆਲਿਟੀ ਆ ਹੁਣੇ ਚ ਆ ਦੇਖ ਬੱਚਾ ਦੇਖ ਲੈ ਮੈਂ ਦੇਖੋ ਤਾਂ ਬੱਚਾ ਵੀ ਦੇਖ ਲਿਆ ਜੀ ਇਹ ਚ ਕੀ ਆ ਹੋਰ ਖਾਸੀਅਤ ਤਾਂ ਵਧੀਆ ਹੈ ਸਾਨੂੰ ਬਹੁਤ ਸਾਫ ਹੈ ਇਹ ਆਪਣਾ ਹੀ ਸਾਫ ਹਾਂ ਆ ਚੀਜ਼ ਲੰਬਾਈ ਬਥੇਰੀ ਹੈ ਕੰਨ ਵੀ ਬਾਵਾ ਨੇ ਹਾਂਜੀ ਹਾਂ ਠੀਕ ਹੈ ਕਿਵੇਂ ਸੂ ਆਊ ਤੁਹਾਡੇ ਆਪ ਨਾਲੇ ਤਾਂ ਇਹ ਦੂਜੇ ਆ ਜੀ ਦੂਜੇ ਹਾਂਜੀ ਲੈ ਦੂਜੇ ਸੂਈ ਹੋਈ ਆ 8 ਦੰਦ ਕੱਢਦੀ ਹੈ ਜਿਹੜੇ 8 ਦੰਦ ਲਾ ਰਹੀ ਹੈਗੀ ਬੱਕਰੀ ਸਾਫ ਆ ਗਈ ਮੂੰਹ ਮੱਥਾ ਬਹੁਤ ਸੋਹਣਾਗਾ ਸਿੰਘ ਹੈ ਨਹੀਂ ਠੀਕ ਹੈ ਨਾ ਬੰਨ ਦੇ ਬਾਈ ਇਹ ਵੀ ਬਹੁਤ ਸੋਹਣੀ ਚੀਜ਼ ਆ ਬੱਕਰਾ ਨਾਲ ਨਾ ਪੱਠ ਪੱਠ ਹੈ ਜੀ ਆ ਲੈ ਪੱਠ ਇੱਕ ਮਿੰਟ ਪੱਠ ਆਹ ਪੱਠ ਹੈ ਜੀ ਅੱਛਾ ਆਹ ਬੰਨ ਦੇ ਆ ਲੈ ਆ ਜਾ ਡਬਲ ਹੱਡੀ ਦੀ ਪੱਠ ਆ ਨਾ ਬਾਈ ਇਹ ਵੀ ਵਾਹਵਾ ਹੱਡਾ ਆਹ ਦੇਖੋ ਕੈਰੀ ਹੁੰਦੀ ਪੱਠੀ ਇਹਨੇ ਕੱਟ ਇੱਕੋ ਹੀ ਬੱਚਾ ਦਿੱਤਾ ਬਸ ਇੱਕੋ ਹੀ ਦਿੱਤਾ ਪੂਰਾ ਸੋਹਣਾ ਚੱਜ ਦਾ ਮੂੰਹ ਮੱਥੇ ਦਾ ਵੀ ਆ ਦੇਖੋ ਇੱਕੋ ਹੀ ਆ ਬਾਈ ਚੰਗਾ ਮੁੱਲ ਮਿਲ ਜੂਗਾ ਇਹਦਾ ਵੀ ਲੱਗਿਆ ਤਾਂ ਨਹੀਂ ਕੁਛ ਇਹਦੇ ਮੁਸਤਾਕ ਬੱਕਰੀ 'ਤੇ 32000 ਰੁਪਏ ਲੱਗੇ ਜੀ 32000 32 ਬਹੁਤ ਨਹੀਂ ਗਾ ਸੀ ਘੱਟ ਹੈ ਬਹੁਤ ਘੱਟ ਹੈ ਨਹੀਂ 32000 ਐਂ ਮੰਨ ਕੇ ਚਲੋ ਵੀ ਯਾਰ ਹੈਗੀ ਆ ਕੋਈ ਚੀਜ਼ ਘੋੜੇ ਵਰਗੀ ਬੱਕਰੀ ਹੈ ਜੀ ਠੀਕ ਹੈ ਬਾਈ ਐਂ ਧੰਨਵਾਦ ਅੱਗੇ ਹੋਰ ਦਿਖਾਉਂਦੇ ਜਾਨਵਰ ਵੀਰੋ ਤੁਹਾਨੂੰ ਇਹਦਾ ਕੀ ਮੁੱਲ ਕਰੇਗਾ ਸੱਚੋਂ ਇਹਦਾ 16000 ਜੀ ਇਹਨੂੰ ਕੱਢੀ ਮਾਰੇ ਲੈ ਜਾਂਦੇ ਆਂਦੇ ਇਹ ਵੀ ਦਿਖਾ ਦਈਏ ਹੁਣ ਨਹੀਂ ਇਹ ਵੀ ਰਹਿ ਜਾਣੀ ਸੀਗੀ ਕੀ ਸੋਹਣੀ ਲਈ ਫਿਰਦਾ ਜੀ ਬਾਈ ਪਤਾ ਨਹੀਂ ਕਿੱਥੋਂ ਤੱਕ ਉਹ ਲੱਭ ਲੱਭ ਕੇ ਲਿਆਉਂਦੇ ਨੇ ਬਾਈ ਬਾਈ ਆਹ ਕਾਲੀ ਪੱਠ ਦਾ ਲੈਣਾ ਗਾ 12000 ਰੁਪਇਆ ਨਹੀਂ 15 ਨਹੀਂ ਬਾਈ 15 ਨਹੀਂ ਬਾਈ ਮੈਂ ਦੇਣਾ ਮੈਨੂੰ ਤਾਂ ਦੇ ਦੇ ਯਾਰ ਕਾਦਰ ਕਰ ਲੈ ਮੇਰੀ ਕਾਦਰ ਤੇਰੀ ਹੋਈ ਲੈ ਫਿਰ 15000 ਕਾਦਰ ਕਰ ਲੈ ਤੂੰ ਲੈ ਜਾ ਉਹੀ ਨਾਲੋਂ ਚੱਲ ਠੀਕ ਹੈ ਹਿਸਾਬ ਨਾਲ ਪੈਸੇ ਲੱਗ ਜਾ ਲੈ ਹੈ ਆ ਲੋ ਲੱਭਣਾ ਬਈ ਕਿੰਨੇ ਮਹੀਨੇ ਇਹ 2 ਮਹੀਨੇ ਦੇ ਕੱਪਣਾ ਬਈ ਆ ਬਾਈ 2 ਮਹੀਨੇ ਦੇ ਕੱਪਣਾ ਇਹਨਾਂ ਦਾ ਦੰਦਾਂ ਦੀ ਕਿਵੇਂ ਹੈ ਦੰਦ 8 ਹੈ ਜੀ 8 ਹੋ ਗਈ ਪਹਿਲਾਂ ਸੂਈ ਹੋਈ ਆ ਇਹ ਨਹੀਂ ਨਹੀਂ ਸੂਈ ਨਹੀਂ ਪਹਿਲਾਂ ਸੂਈ ਠੀਕ ਹੈ ਲੱਗਿਆ ਤੇ ਕੁਛ ਮੁੱਲ ਕੁਛ ਨਹੀਂ ਲੱਗਿਆ ਜੇ ਮੈਂ ਝੂਠ ਬੋਲਾਂ ਵੀ ਹਾਂ ਇਹਨੇ ਲੱਗ ਕੁਛ ਨਹੀਂ ਲੱਗਿਆ ਉਹਦਾ ਪੱਟ ਸਾਫ਼ ਆ ਗਈ ਨਾ ਯਾਰ ਬਿਲਕੁਲ ਬਾਈ ਓਕੇ ਆ ਲੈ ਪੱਟ ਸਾਫ਼ ਆ ਗਈ ਹੁਣ ਵੀ ਸਾਫ਼ ਨੇਗੇ ਮੂੰਹ ਮੱਥਾ ਬਹੁਤ ਸੋਹਣਾਗਾ ਮੁੱਲ ਕਰਨੇ 20000 ਕਰ ਲਓ ਮੁੱਲ ਲੱਗੀ ਆ ਠੀਕ ਹੈ ਨਾ ਬਾ ਜਿੰਨੇ ਦੇਣੇ ਪੁੰਨੇ ਕੇ ਪੈਸੇ ਮੰਗਦੇ ਬਾ ਠੀਕ ਆ 16000 ਦੀ ਦੇਣੀ 16000 ਦੀ ਦੇਣੀ ਆ ਠੀਕ ਹੈ ਬਾਈ ਬੰਦੇ ਆ ਧੰਨਵਾਦ ਰਮਜਾਨ ਦਾਖੇ ਵਾਲੇ ਇਹਨਾਂ ਦੇ ਨਾਲ ਕਰਦੇ ਆ ਗੱਲਬਾਤ ਹੁਣ ਦਿਖਾਉਣਾਂਗੇ ਜਾਨਵਰ ਕੀ ਹਾਲ ਆ ਸੱਟ ਠੀਕ ਹੈ ਜੀ ਬਹੁਤ ਵਧੀਆ ਸੱਟਾ ਗੱਲਬਾਤ ਹਾਂਜੀ 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 ਬਿਲਕੁਲ ਜੀ ਘਰ ਵਾਰ ਰਾਜੀ ਹੈ ਸਾਰੇ ਹਾਂਜੀ ਬਹੁਤ ਵਧੀਆ ਜੀ ਅੱਗੇ ਕੱਢ ਫਿਰ ਇਹਨਾਂ ਨੂੰ ਚੱਲ ਹਾਂ ਕੀ ਡਿਟੇਲ ਦਿੰਨੋਗੇ
ਡਿਟੇਲ ਵੀਰੇ ਦੂਜੇ ਸਵੇਰ ਸੂਗੀ ਹੁਣ ਵੀਰੇ ਇਹਦਾ 2 ਮਹੀਨੇ ਦੀ ਗੱਬਣ ਹੈ ਪੱਠ ਕਿੰਨੀਆਂ ਵੇਚਤੀਆਂ ਅੱਜ ਬੱਕਰੀਆਂ ਅੱਜ ਵੇਚਤੀਆਂ ਜੀ 5 ਕੇ ਵੇਚੀਆਂ ਨੇ 5 ਵੇਚਤੀਆਂ ਹਾਂਜੀ ਕਿੰਨੇ ਲਿਆਂਦੇ ਸੀ ਨਾਗਾ ਅਜੇ ਥੋੜੇ ਨਾਗ ਲਿਆ ਸੀਗਾ ਮੌਸਮ ਠੰਡਾ ਜਿਹਾ ਕਰਕੇ ਧੁੰਦ ਬਹੁਤ ਜ਼ਿਆਦਾ ਸੀ ਅੱਜ ਤਾਂ ਆਉਂਦਾ ਰਾਤ ਦਾ ਵੀ ਨਹੀਂ ਸੀਗਾ ਅੱਛਾ 1 ਵਜੇ ਕੇ ਆਇਆ ਫਿਰ ਤਕੜਾ ਜਿਹਾ ਮਨ ਕਰਕੇ ਨਿਕਲਿਆ 1 ਵਜੇ ਮੈਂ ਕਿਹਾ ਫਿਰ ਥੋੜੀ ਜੀ ਪਾ ਲੈ ਚਲਦੇ ਲਵੇ ਹੈ ਹੀ ਆ ਠੀਕ ਹੈ ਹਾਂ ਪਹਿਲੇ ਤਾਂ ਸਵੇਰ ਬਹੁਤ ਜ਼ਿਆਦਾ ਧੁੰਦ ਸੀ ਠੀਕ ਹੈ ਹਾਂਜੀ ਚਲੋ ਮੁੱਲ ਲੱਗਿਆ ਤੇ ਕੁਛ ਹਾਂਜੀ ਇਹਦੇ ਤੇ ਲੱਗਿਆ ਜੀ ਕਿੰਨਾ ਇਹ ਤੇ 40,000 ਰੁਪਏ ਲੱਗਿਆ 40,000 ਰੁਪਿਆ ਮੰਗਿਆ ਕਿੰਨਾ ਸੀ 65,000 ਰੁਪਏ 65,000 ਰੁਪਏ ਕੀ ਬਾਤ ਹੈ ਵੇਚੀਆਂ ਕਿਹੜੀ ਕਿਹੜੀਆਂ ਉਹ ਹੈਗੀਆਂ ਉਹ ਆਪਣੇ ਕੋਲੇ ਹਾਂ ਦਿਖਾ ਦਿੰਨੇ ਆ ਜੀ ਲੈ ਵੇਚੀਆਂ ਹੋਈਆਂ ਵੀ ਤੁਹਾਨੂੰ ਦਿਖਾ ਦੇਣਾ ਕੋਲੇ ਹੀ ਆ ਹੱਲੇ ਲੈ ਕੇ ਕੋਈ ਨਹੀਂ ਗਿਆ ਇੱਕ ਉਹ ਬਾਈ ਗੁੱਲ ਫੜਿਆ ਖਰੀਦ ਕੇ ਇਹਦੇ ਬਾਈ ਦੇ ਕੋਲ ਖੜਾ ਰੱਖੀਆਂ ਨੇਗੀਆਂ ਉਹ ਬੱਕਰੀ ਦਾ ਕੀ ਮੰਗਣਾ ਬਾਈ ਜਿਹੜੀ ਉਹ ਹੋ ਗਈ ਬਾਈਆਂ ਨੇ ਲਈਆਂ ਨੇ ਉਹ ਬਾਈਆਂ ਨੇ ਲਈਆਂ ਹਾਂ ਉਹਦੇ 2 ਬੱਚੇ ਆ ਜਿਹੜੇ ਤੁਹਾਨੂੰ ਦਿਖਾਇਆ ਸੀ 1 ਮਿੰਟ ਦਿਖਾ ਦਈਏ ਇਹਨਾਂ ਨੂੰ ਬੱਕਰੀ ਦਿਖਾਉਣੇ ਉਹ ਦਿਖਾ ਦਈਏ ਵੀਡੀਓ ਬੱਕਰੀ ਲਿਆਉਣੀ ਸੀ ਇਹਦੀ ਜੇਰ ਪੈ ਗਈ ਹੈ ਨਾ ਹਾਂ ਉਹ ਹੁਣ ਸੂਈ ਹੈ ਪਰਾਂ ਰ ਪਰਾਂ ਉਹ ਦੇਖੀ ਆ ਜਾ ਆ ਪਾਠੇ ਵੀ 3 ਦਿਨ ਹੋਈ ਸੂਈ ਨੂੰ 39 ਇੰਚ ਹਾਈਟ ਦੀ ਪਾਠਾ ਇਹ 4 ਦੰਦ ਹੱਲੇ ਪਲੋਣ ਸੂਈ ਹੈ ਅੱਛਾ ਕਿੰਨੇ ਦੰਦਾਂ ਦੀ 4 ਦੰਦ ਹੱਲੇ 4 ਦੰਦ ਹਾਂ 39 ਇੰਚ ਹਾਈਟ ਦੀ ਪਹਿਲਾ ਸੂਆ ਸੂਈ ਆ ਪਹਿਲੇ ਸੂਈ ਆ ਦੇਖੋ ਪਹਿਲੇ ਸੂਈ ਦਾ ਵੀ ਹਾਈਟ ਬਹੁਤ ਹੈਗੀ ਦੇਖੋ ਬੱਕਰੀ ਹੁਣ ਵੇਚਤੀ ਇਹ ਅੱਛਾ ਕੀ ਰੇਟ ਦੀ ਵਿੱਕੀ ਇਹ 30,000 ਦੀ ਦਿੱਤੀ 30,000 ਦੀ ਹਾਂਜੀ ਲੱਗ ਜਮਾ ਸਹੀ ਪਾ ਚੁੱਕੀ ਹੈ ਬੱਕਰੀ ਵੀ ਬਹੁਤ ਸੋਹਣੀ ਕੁਆਲਿਟੀ ਹੈਗੀ ਬਸ ਲਿੱਸੀ ਸੂਣ ਕਰਕੇ ਆ ਹੁਣ ਤਾਜੀ ਸੂਈ ਆ ਤਾਜੀ ਸੂਣ ਕਰਕੇ ਲਿੱਸੀ ਜ਼ਰੂਰ ਹੈਗੀ ਛੱਡ ਦੇ ਬਾਈ ਕੁਆਲਿਟੀ ਬਹੁਤ ਆ ਹਾਂਜੀ 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 ਲੈ ਵੀ ਕਾਲੀਆਂ ਬੱਕਰੀਆਂ ਦਾ ਜਾਂ ਡੱਬੀਆਂ ਬੱਕਰੀਆਂ ਦਾ ਭਾਰੀ ਬੱਕਰੀਆਂ ਦਾ ਇਹ ਬੰਦਾ ਨਾ ਪੂਰਾ ਮਹਾਰਾਜਾ ਚੰਗੀਆਂ ਬੱਕਰੀਆਂ ਰੱਖਦਾ ਗਾ ਆਹ ਦੇਖੋ ਆਹ ਬੱਕਰੀ ਵੀ ਉਹਦੇ ਬਹੁਤ ਵਧੀਆ ਹੈਗੀ ਇਹਦੇ ਕੋਲੇ ਇਹਦਾ ਕੀ ਮੁੱਲ ਮੰਗਦਾ ਬਾਈ ਸ਼ੇਰੇ ਰੰਗ ਵਾਲੀ ਦਾ ਹਾਂਜੀ ਹੈ ਇਹ ਡਿਟੇਲ ਹੈਗੀ ਇਹ ਤੀਜੇ ਸੂਏ ਸੂਕ ਜੀ ਇਹ 40 ਪਲੱਸ ਹਾਈਟ ਹੈ ਇਹਦੀ 40 ਪਲੱਸ ਹਾਈਟ ਹਾਂਜੀ ਤੀਜੇ ਸੂਣਾ ਹਾਂਜੀ ਤੀਜੇ ਸੂਣਾ ਹੁਣ 4 ਮਹੀਨੇ ਤੋਂ ਉੱਪਰ ਗੱਬਣ ਹੈ 4 ਮਹੀਨੇ ਤੋਂ ਉੱਪਰ ਦੀ ਗੱਬਣ ਹੈ ਕੀ ਬਾਤ ਹੈ ਹਾਈਟ ਕਿੰਨੀ ਹੋਊਗੀ ਹਾਈਟ ਇਹਦਾ 40 ਪਲੱਸ ਹੈ ਤੁਹਾਨੂੰ ਇਸੇ ਦੰਦਾਂ ਦੀ ਕਿਵੇਂ ਹੈ ਦੰਦਾਂ ਦਾ 8 ਦੰਦ ਹਲੇ ਫਰੈਸ਼ ਕੀਤਾ ਫਰੈਸ਼ ਕੀਤਾ ਹੈ ਆਹ ਦੇਖੋ ਠੀਕ ਹੈ 8 ਦਾ ਠੀਕ ਹੈ ਮੁੱਲ ਲੱਗਿਆ ਤੇ ਮੁੱਲ ਮੁੱਲ ਲੱਗਿਆ ਜੀ ਕਿਤੇ ਨਹੀਂ ਗਏ ਨਹੀਂ ਹਲੇ ਵਿਕੀ ਨਹੀਂ ਮੁੱਲ ਲੱਗਦਾ ਇਹਦੇ ਤੇ 45 ਕੇ ਲੱਗਿਆ ਬਈ 45,000 ਹਾਂਜੀ ਠੀਕ ਹੈ ਕੀ ਬਾਤ ਹੈ ਚਲੋ ਅੱਜ ਤੁਹਾਨੂੰ ਹੋਰ ਦਿਖਾਉਣਾਗਾ ਇਹ ਦੇਖਣ ਨੂੰ ਕਹਣਾ ਤੁਹਾਨੂੰ ਵੱਡਾ ਲੱਗਦਾ ਹੋਊਗਾ ਛੋਟਾ ਜਿਹਾ ਵਿਆਹਿਆ ਹੋਇਆਗਾ ਇਹ ਬਾਲ ਬੱਚੇ ਵੀ ਹੈਗੇ ਨੇ ਇਹਦੇ ਪੁੱਛਦਾ ਉਹ ਸਾਰੀ ਗੱਲਬਾਤ ਕਰਦੇ ਹਾਂ ਇਹਦੀ ਸਪੈਸ਼ਲ ਵੀ ਵੀਡੀਓ ਪਾ ਕੇ ਦੱਸਾਂਗੇ ਉਹਦੇ ਪੂਰੀ ਕਹਾਣੀ ਦੱਸਾਂਗੇ ਤੁਹਾਨੂੰ ਇਹਦੀ ਕੀ ਗੱਲਬਾਤ ਆ ਬਾਲ ਬੱਚੇ ਕਿੰਨੇ ਨੇ ਬਾਈ ਤੇਰੇ ਹੈਂ ਹੱਸ ਪਿਆ ਮੈਨੂੰ ਲੱਗਦਾ ਕੋਈ ਗੱਲ ਗੜਬੜਾਈ ਨਹੀਂ ਨਹੀਂ ਹੈਂ ਗੱਲਬਾਤ ਕਿੰਨੇ ਬੱਚੇ ਆ ਆਪਣੇ 4 ਆ 4 ਬਸ ਬਸ 4 ਬੱਚੇ ਨੇ ਤੇਰੇ ਇੱਕ ਆ ਹੈਗਾ ਜੀ 4 ਦਾ 4 ਬੱਚੇ ਹੈਗੇ ਨੇ ਹਾਂਜੀ 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 ਠੀਕ ਹੈ ਚਲੋ ਬਾਈ ਇਹ ਵਿੱਗੀ ਬਾਈ ਹਾਂਜੀ ਵਿੱਕ ਗਈ ਜੀ 4 ਦੰਦ ਪੱਟ ਹੈ 6 ਦੰਦ ਕੱਢ ਗਿਆ ਢਾਈ ਤੋਂ 3 ਮਹੀਨੇ ਦੀ ਗੱਬਣ ਹੈ ਇਹਦਾ ਜੀ 70,000 ਮੁੱਲ ਕਰਦਾ ਸੀਗਾ ਜੀ ਹੁਣ ਤੁਹਾਡਾ ਸਿੱਦਿਕ ਬਾਈ ਨੇ ਧੱਕੇ ਨਾਲ ਦਵਾਇਆ ਕਿਸੇ ਨੂੰ ਸਾਡਾ ਸਿੱਦਿਕ ਬਾਈ ਹਾਂ 45,000 ਦੀ ਦਿੱਤੀ ਜੀ ਇਹ ਠੀਕ ਹੈ ਹਾਂਜੀ ਬਹੁਤ ਵਧੀਆ ਪੱਟ ਹੈ ਜੀ ਉਹ ਤਾਂ ਪੱਟ ਹੈ ਅਗਰ ਮੇਲੇ ਮੁਲੇ ਜੇ ਆਪਾਂ ਵੇਚੀਏ ਤਾਂ 1,00,000 ਰੁਪਏ ਦੀ ਪੱਟ ਆਰਾਮ ਨਾਲ ਸੀਗਾ ਕੀ ਬਾਤ ਹਾਂਜੀ ਇਹ ਬੱਕਰੀਆਂ ਦਾ ਕੰਮ ਕਦੋਂ ਸਿੱਖਿਆ ਬਾਈ ਆ ਕੇ ਮੇਰੇ ਜੀ ਹੋ ਗਿਆ ਬੱਕਰੀਆਂ ਦਾ ਕੰਮ ਚ 7 ਸਾਲ ਹੋ ਗਏ 7 ਸਾਲ ਹੋ ਗਏ ਹਾਂਜੀ ਸਿਖਾਇਆ ਕਿਹਨੇ ਜੀ ਸਿਖਾਇਆ ਕੋਈ ਨਹੀਂ ਬਸ ਉਹੀ ਚਸਕਾ ਹੀ ਸੀਗਾ ਪਹਿਲੇ ਕੋਈ ਕਰੇ ਛੋਟੇ ਜੇ ਪਾਲਦੇ ਸੀ ਅੱਛਾ 1-2 ਇੱਥੇ ਹੀ ਇੱਥੇ ਹੀ ਸੌਕ ਨਾਲ ਬਾਈ ਕਿਦੋਂ ਕਰਦੇ ਕਰਦੇ 5-7 ਸਾਲ ਪਹਿਲਾਂ ਮੈਂ ਪਹਿਲੇ ਵੀ ਸ਼ੁਰੂ ਤੋਂ ਮੈਂ ਹਲਵਾਈ ਦਾ ਕੰਮ ਕਰਦਾ ਸੀ ਹੋਟਲ ਲਾਈਨ 'ਚ ਹੁਣ ਤਾਂ ਨਹੀਂਗਾ ਹੁਣ ਵੀ ਕਰਦਾ ਵਾ ਵਿਆਹ ਸ਼ਾਦੀਆਂ ਦਾ ਹਲਵਾਈ ਦਾ ਕੰਮ ਹਲਵਾਈ ਦਾ ਕੰਮ ਹਲਵਾਈ ਦਾ ਹੀ ਕੰਮ ਕਰਦਾ ਹੁਣ ਵੀ ਬੱਕਰੀਆਂ ਕਿਹੜੇ ਟਾਈਮ ਸੌਂਦਾ ਬਾਈ ਬੱਕਰੀਆਂ ਵਾ ਤੂੰ ਕਦੋਂ ਸੌਂਦਾ ਨਹੀਂ ਆਪਣਾ ਕੰਮ ਆਪਣਾ ਜਦੋਂ ਉਧਰ ਕੰਮ ਆ ਜਾਂਦਾ ਬੰਦਾ ਭੇਜ ਦਿੰਦਾ ਮੈਂ ਆਪਦਾ ਹੀ ਕਰਦਾ ਕੰਮ ਯਾਨੀ ਕਿ ਠੇਕੇ ਲੈਣਾ ਠੇਕੇ ਲੈਣਾ ਬੰਦੇ ਦਾ ਕੰਮ ਉਹ ਕੱਬੇ ਨੇ ਬਾਈ ਠੇਕੇ ਲੈਂਦਾ ਮਿਹਨਤ ਕਰਦਾ ਬੰਦਾ ਕਰਨੀ ਵੀ ਚਾਹੀਦੀ ਹੈ ਹਾਂਜੀ ਠੀਕ ਹੈ ਆ ਜੀ ਹਾਂਜੀ ਬੱਕਰੀਆਂ ਲੈਂਦਾ ਭਾਰੀਆਂ ਠੇਕੇਦਾਰ ਆ ਮੁੰਡਾ ਬੱਕਰੀਆਂ ਵੇਚਣ ਦੇ ਵੀ ਮੈਨੂੰ ਲੱਗਦਾ ਠੇਕੇ ਲਿਆ ਕਰੂਗਾ ਬਾਈ ਆਉਣ ਵਾਲੇ ਦਿਨਾਂ ਦੇ ਵਿੱਚ ਠੀਕ ਹੈ ਦੇਖੀ ਦੇਖੀ ਬਸ 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 ਭੱਜੀ ਜਾ ਡਰਦੀ ਹੈ ਥੋੜੀ ਹਾਂ ਪੱਠ ਹੈ ਮਾਲ ਜੋ ਵੇਚਣ ਦਾ ਤਾਂ ਠੇਕਾ ਲੈਣਾ ਬੱਕਰੀਆਂ ਦਾ ਇਹ ਵੀ ਠੇਕੇ ਤੇ ਸਾਰਾ ਕੁਝ ਆ ਦੇਖ ਲੈ ਲਈ ਇਹ ਕਿਵੇਂ ਹੈ ਇਹ 2 ਦੰਦ ਪੱਠ ਹੈ ਜੀ ਹੱਲੇ 2 ਦੰਦ ਪੱਠ ਹਾਂ ਕੀ ਬਾਤ ਮੁੱਲ ਕੀ ਕਹਿੰਦਾ 38 ਇੰਚ ਹਾਈਟ ਹੈ ਦੀ ਇਹਦੇ ਮੁੱਲ ਹੈਗਾ ਜੀ ਇਹਦਾ ਮੰਗਦੇ ਆ 45,000 ਰੁਪਏ ਜੀ 45,000 ਹਾਂਜੀ ਲੈ ਵੀ 45,000 ਰੁਪਏ 2 ਦੰਦ ਪੱਠ ਹੈ 2.5 ਤੋਂ 3 ਮਹੀਨੇ ਦੀ ਗੱਬਣ ਆ ਦੇਖ ਸਕਦੇ ਹੋ ਲੈ ਸਹੀ ਗੱਲ 2 ਦੰਦ ਕੱਦ ਕਾਟ ਤਾਂ ਬਾਬਾ ਕਰੂਗੀ ਕੱਦ ਕਾਟ ਬਹੁਤ ਜੀ ਹੁਣ ਇਹ 38 ਇੰਚ ਹੈ ਇਹ 40 ਵਧੀਆ ਸਾਮ ਰੱਖੂਗਾ ਜੀ 40 ਪਲੱਸ ਜਾਊਗਾ ਇਹਦਾ 40 ਪਲੱਸ ਜਾਊਗਾ ਹਾਂਜੀ ਕੁਆਲਿਟੀ ਕੀ ਕਹਿੰਦੇ ਕੁਆਲਿਟੀ ਪੂਰੇ ਚੰਗੀ ਹੈ ਜੀ ਚੰਗੀ ਹੈ ਪੂਰੇ ਟੌਪ ਦੀ ਹੈ ਠੀਕ ਹੈ ਜਿਹੜਾ ਨਾ ਤਨ ਕੋਰਾ ਕਿਸੇ ਪਾਸੇ ਵੀ ਵਿਆਹਾਂ ਦੇ ਵਿੱਚ ਬਾਈ ਜਿਹੜਾ ਸਬਜੀ ਭਾਜੀ ਹੁੰਦੇ ਉਹ ਬਣਾ ਲੈਣਾ ਸਾਰਾ ਕੁਝ ਸਾਰਾ ਕੁਝ ਜਿਵੇਂ ਮਰਜ਼ੀ ਜਿਹੋ ਜੀ ਮਰਜ਼ੀ ਆਰਡਰ ਹੋਵੇ ਜੀ ਬਾ ਠੀਕ ਹੈ
35,000 रुपया जी, चार दांत च है, 38 इंच हाइट दी है बकरी। ठीक है, क्या बात।